ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਕਾਜੂ ਨੂੰ ਡਰਾਈ ਫਰੂਟਸ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਕਾਜੂ ਥੋੜ੍ਹਾ ਮਹਿੰਗਾ ਹੁੰਦਾ ਹੈ, ਲੇਕਿਨ ਇਸ ਨੂੰ ਖਾਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ। ਕਾਜੂ ਨੂੰ ਖਾਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਕਾਜੂ ਆਪਣੇ ਫੇਸ ਦੇ ਉੱਤੇ ਇੱਕ ਨਵੀਂ ਚਮਕ ਲਿਆਉਂਦਾ ਹੈ। ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਕਾਜੂ ਦੇ ਫਾਇਦੇ ਅਤੇ ਕਾਜੂ ਦੇ ਨੁਕਸਾਨ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ। ਕਾਜੂ ਦੇ ਵਿੱਚ ਵਿਟਾਮਿਨ ਈ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ, ਜਿਸ ਦੇ ਨਾਲ ਇਹ ਐਂਟੀ ਏਜਿੰਗ ਦਾ ਕੰਮ ਕਰਦਾ ਹੈ। ਕਾਜੂ ਖਾਣ ਦੇ ਨਾਲ ਸਰੀਰ ਦਾ ਮੈਟਾਪੋਲਿਜ਼ਮ ਠੀਕ ਰਹਿੰਦਾ ਹੈ ਅਤੇ ਦਿਲ ਦੇ ਰੋਗ ਵੀ ਦੂਰ ਰਹਿੰਦੇ ਹਨ। ਕਾਜੂ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ, ਜ਼ਿੰਕ, ਆਇਰਨ, ਮੈਗਨੀਜ਼, ਸਿਲੇਨੀਅਮ ਵਰਗੇ ਮਿਨਰਲਸ ਪਾਏ ਜਾਂਦੇ ਹਨ। ਤਾਂ ਦੋਸਤੋ, ਆਈਏ ਹੁਣ ਜਾਣ ਲੈਂਦੇ ਹਾਂ ਕਿ ਰੋਜ਼ 2 ਤੋਂ 3 ਕਾਜੂ ਖਾਣ ਦੇ ਆਪਣੇ ਸਰੀਰ ਨੂੰ ਕਿਹੜੇ ਕਿਹੜੇ ਫਾਇਦੇ ਹਨ। ਤਾਂ ਦੋਸਤੋ, ਕਾਜੂ ਨੂੰ ਖਾਣ ਦੇ ਨਾਲ ਆਪਣੇ ਸਰੀਰ ਦਾ ਕੋਲੈਸਟ੍ਰੋਲ ਲੈਵਲ ਕੰਟਰੋਲ ਦੇ ਵਿੱਚ ਰਹਿੰਦਾ ਹੈ, ਕਿਉਂਕਿ ਦੋਸਤੋ ਇਸ ਦੇ ਵਿੱਚ ਪ੍ਰੋਟੀਨ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਅਤੇ ਇਹ ਸੌਖੇ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਇਸ ਦੇ ਵਿੱਚ ਆਇਰਨ ਵੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ। ਇਸ ਨੂੰ ਖਾਣ ਦੇ ਨਾਲ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਤਾਂ ਦੋਸਤੋ, ਕਾਜੂ ਦੇ ਸੇਵਨ ਕਰਨ ਦੇ ਨਾਲ ਦੰਦ ਅਤੇ ਮਸੂੜੇ ਸਵਸਥ ਰਹਿੰਦੇ ਹਨ। ਕਾਜੂ ਨੂੰ ਖਾਣ ਦੇ ਨਾਲ ਦੰਦਾਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਕਾਜੂ ਵਿੱਚ ਪ੍ਰੋਟੀਨ ਕਾਫ਼ੀ ਚੰਗੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ, ਇਸ ਲਈ ਇਸ ਦੇ ਸੇਵਨ ਦੇ ਨਾਲ ਵਾਲ ਅਤੇ ਸਕਿਨ ਹੈਲਦੀ ਬਣੇ ਰਹਿੰਦੇ ਹਨ। ਤਾਂ ਦੋਸਤੋ, ਰੋਜ਼ 2 ਤੋਂ 3 ਕਾਜੂ ਦਾ ਸੇਵਨ ਕਰਨ ਦੇ ਨਾਲ ਆਪਣੇ ਸਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹਿੰਦਾ ਹੈ, ਕਿਉਂਕਿ ਦੋਸਤੋ ਇਸ ਦੇ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ, ਜਿਸ ਦੇ ਨਾਲ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹਿੰਦਾ ਹੈ। ਤਾਂ ਦੋਸਤੋ, ਕਾਜੂ ਦੇ ਵਿੱਚ ਵਿਟਾਮਿਨ ਬੀ ਬਹੁਤ ਹੀ ਚੰਗੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ। ਤਾਂ ਦੋਸਤੋ, ਰੋਜ਼ 2 ਤੋਂ 3 ਕਾਜੂ ਖਾ ਕੇ ਉੱਤੋਂ ਦੀ ਸ਼ਹਿਦ ਪੀਣ ਨਾਲ ਬ੍ਰੇਨ ਮੈਮਰੀ ਵੱਧਦੀ ਹੈ। ਇਸ ਨੂੰ ਖਾਣ ਦੇ ਨਾਲ ਆਪਣਾ ਯੂਰਿਕ ਐਸਿਡ ਘੱਟ ਹੋ ਜਾਂਦਾ ਹੈ। ਤਾਂ ਦੋਸਤੋ, ਕਾਜੂ ਵਿੱਚ ਵਿਟਾਮਿਨ ਈ ਅਤੇ ਸਿਲੇਨੀਅਮ ਵਰਗੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ ਜੋ ਕੈਂਸਰ ਹੋਣ ਤੋਂ ਆਪਣਾ ਬਚਾਅ ਕਰਦੇ ਹਨ। ਇਸ ਦੇ ਇਲਾਵਾ ਕਾਜੂ ਦੇ ਵਿੱਚ ਜ਼ਿੰਕ ਹੁੰਦਾ ਹੈ ਜੋ ਕਿ ਇਨਫੈਕਸ਼ਨ ਤੋਂ ਲੜਨ ਵਿੱਚ ਆਪਣੇ ਸਰੀਰ ਦੀ ਮਦਦ ਕਰਦਾ ਹੈ। ਤਾਂ ਦੋਸਤੋ, ਕਾਜੂ ਦੇ ਵਿੱਚ ਕਾਪਰ ਪਾਇਆ ਜਾਂਦਾ ਹੈ ਜੋ ਸਰੀਰ ਦੇ ਵਿੱਚ ਇੰਜੈਮ ਐਕਟੀਵਿਟੀ, ਹਾਰਮੋਨ ਪ੍ਰੋਡਕਸ਼ਨ, ਬ੍ਰੇਨ ਸੈਲਸ ਨੂੰ ਬੈਲੈਂਸ ਕਰਨ ਵਿੱਚ ਮਦਦ ਕਰਦਾ ਹੈ। ਕਾਪਰ ਬਲੱਡ ਦੇ ਰੈੱਡ ਸੈਲਸ ਨੂੰ ਵਧਾਉਂਦਾ ਹੈ ਅਤੇ ਅਨੀਮੀਆ ਦੇ ਰੋਗ ਨੂੰ ਦੂਰ ਕਰਦਾ ਹੈ। ਕਾਜੂ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਪਾਚਨ ਕ੍ਰਿਆ ਨੂੰ ਮਜ਼ਬੂਤ ਬਣਾਉਂਦੇ ਹਨ। ਤਾਂ ਦੋਸਤੋ, ਰੋਜ਼ 2 ਤੋਂ 3 ਕਾਜੂ ਖਾਣ ਦੇ ਨਾਲ ਭਾਰ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾ ਸਕਦਾ ਹੈ। ਇਸ ਦੇ ਲਈ ਦੋਸਤੋ, ਕਾਜੂ ਤੁਹਾਨੂੰ ਇੱਕ ਸੀਮਿਤ ਮਾਤਰਾ ਦੇ ਵਿੱਚ ਹੀ ਖਾਣਾ ਪਵੇਗਾ। ਕਾਜੂ ਦੇ ਵਿੱਚ ਡਾਇਟਰੀ ਫਾਈਬਰ ਅਤੇ ਐਨਰਜੀ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਨੂੰ ਖਾਣ ਦੇ ਨਾਲ ਵਜ਼ਨ ਕੰਟਰੋਲ ਦੇ ਵਿੱਚ ਰਹਿੰਦਾ ਹੈ। ਕਾਜੂ ਦੇ ਵਿੱਚ ਕਾਪਰ ਜ਼ਿਆਦਾ ਪਾਇਆ ਜਾਂਦਾ ਹੈ ਜੋ ਤੁਹਾਡੀ ਹੱਡੀਆਂ ਅਤੇ ਜੋੜਾਂ ਨੂੰ ਲਚੀਲਾ ਬਣਾਉਣ ਵਿੱਚ ਸਹਾਇਕ ਰਹਿੰਦਾ ਹੈ। ਤਾਂ ਦੋਸਤੋ, ਕਾਜੂ ਦੇ ਵਿੱਚ ਮੈਨੋਸੈਚੂਰੇਟਿਡ ਫੈਟ ਪਾਇਆ ਜਾਂਦਾ ਹੈ ਜੋ ਆਪਣੇ ਦਿਲ ਨੂੰ ਹੈਲਦੀ ਰੱਖਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ। ਇਸ ਦੇ ਵਿੱਚ ਕੋਲੈਸਟ੍ਰੋਲ ਬਹੁਤ ਘੱਟ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ। ਤਾਂ ਦੋਸਤੋ, ਕਾਜੂ ਦੇ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜੋ ਆਪਣੀ ਹੱਡੀਆਂ ਨੂੰ ਅੰਦਰ ਤੋਂ ਮਜ਼ਬੂਤ ਬਣਾਉਂਦਾ ਹੈ। ਤਾਂ ਦੋਸਤੋ, ਸਾਡੇ ਸਰੀਰ ਨੂੰ ਰੋਜ਼ਾਨਾ 300 ਤੋਂ 750 mg ਮੈਗਨੀਸ਼ੀਅਮ ਦੀ ਜ਼ਰੂਰਤ ਪੈਂਦੀ ਹੈ। ਤਾਂ ਦੋਸਤੋ, ਇੱਕ ਰਿਸਰਚ ਦੇ ਵਿੱਚ ਪਾਇਆ ਗਿਆ ਹੈ ਕਿ ਕਾਜੂ ਇਨਸੂਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ ਜਿਸ ਦੇ ਨਾਲ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਫਾਇਦਾ ਮਿਲ ਸਕਦਾ ਹੈ। ਦੋਸਤੋ, ਲਗਾਤਾਰ 2 ਤੋਂ 3 ਕਾਜੂ ਦਾ ਸੇਵਨ ਕਰਨ ਦੇ ਨਾਲ ਆਪਣੇ ਵਾਲ ਲੰਬੇ, ਘਣੇ, ਮਜ਼ਬੂਤ ਅਤੇ ਚਮਕਦਾਰ ਬਣਦੇ ਹਨ। ਇਸ ਦੇ ਨਾਲ ਵਾਲਾਂ ਦੀ ਝੜਨ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਅਤੇ ਕਾਜੂ ਦੇ ਵਿੱਚ ਵਿਟਾਮਿਨ ਈ ਪਾਇਆ ਜਾਂਦਾ ਹੈ ਜੋ ਸਕਿਨ ਉੱਤੇ ਵੱਧਦੀ ਉਮਰ ਨੂੰ ਘੱਟ ਕਰ ਦਿੰਦਾ ਹੈ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ ਬਣਾਏ ਰੱਖਦਾ ਹੈ। ਤਾਂ ਦੋਸਤੋ, ਇਹ ਤਾਂ ਸੀਗੇ ਹਰ ਰੋਜ਼ 2 ਤੋਂ 3 ਕਾਜੂ ਖਾਣ ਦੇ ਫਾਇਦੇ। ਦੋਸਤੋ, ਹੁਣ ਆਪਾਂ ਜਾਣ ਲੈਂਦੇ ਹਾਂ ਕਿ ਜੇ ਵੱਧ ਮਾਤਰਾ ਦੇ ਵਿੱਚ ਕਾਜੂ ਖਾਧਾ ਜਾਵੇ ਤਾਂ ਉਸ ਦੇ ਨਾਲ ਆਪਾਂ ਨੂੰ ਕਿਹੜੇ ਕਿਹੜੇ ਨੁਕਸਾਨ ਹੁੰਦੇ ਹਨ। ਤਾਂ ਦੋਸਤੋ, ਉਂਝ ਤਾਂ 2 ਤੋਂ 3 ਕਾਜੂ ਰੋਜ਼ਾਨਾ ਖਾਣ ਦੇ ਨਾਲ ਬੀਪੀ ਕੰਟਰੋਲ ਦੇ ਵਿੱਚ ਰਹਿੰਦਾ ਹੈ, ਲੇਕਿਨ ਜ਼ਿਆਦਾਤਰ ਲੋਕ ਨਮਕੀਨ ਵਾਲਾ ਕਾਜੂ ਖਾਂਦੇ ਹਨ ਕਿਉਂਕਿ ਨਮਕੀਨ ਵਾਲਾ ਕਾਜੂ ਬਾਜ਼ਾਰ ਦੇ ਵਿੱਚ ਸੌਖੇ ਨਾਲ ਉਪਲਬਧ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨਮਕੀਨ ਵਾਲਾ ਕਾਜੂ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਨਮਕੀਨ ਵਾਲੇ ਕਾਜੂ ਦੇ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਤਾਂ ਦੋਸਤੋ, ਕਾਜੂ ਦੇ ਵਿੱਚ ਕੈਲਰੀਜ਼ ਜ਼ਿਆਦਾ ਹੁੰਦੀਆਂ ਹਨ।
ਇਸ ਲਈ ਇਸ ਨੂੰ ਜ਼ਿਆਦਾ ਖਾਣ ਦੇ ਨਾਲ ਸਰੀਰ ਦਾ ਭਾਰ ਵਧਣ ਲੱਗ ਜਾਂਦਾ ਹੈ। ਹਾਲਾਂਕਿ ਇਸ ਦੇ ਵਿੱਚ ਪਾਇਆ ਜਾਣ ਵਾਲਾ ਫੈਟ ਹੈਲਦੀ ਹੁੰਦਾ ਹੈ, ਲੇਕਿਨ ਫਿਰ ਵੀ ਇਸ ਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਤੁਹਾਡੇ ਉੱਤੇ ਮੋਟਾਪਾ ਵੀ ਆ ਸਕਦਾ ਹੈ, ਅਤੇ ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੈ ਉਹਨਾਂ ਨੂੰ ਕਾਜੂ ਦਾ ਸੇਵਨ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ, ਕਿਉਂਕਿ ਦੋਸਤੋ ਇਸ ਦੇ ਵਿੱਚ ਇਮੋਨੋ ਐਸਿਡ ਹੁੰਦਾ ਹੈ ਜੋ ਸਿਰ ਦਰਦ ਨੂੰ ਪੈਦਾ ਕਰਦਾ ਹੈ। ਦੋਸਤੋ ਕਾਜੂ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਦੋਸਤੋ ਇਸ ਦਾ ਜ਼ਿਆਦਾ ਸੇਵਨ ਕਰਨ ਦੇ ਨਾਲ ਆਪਣੇ ਗਲ ਬਲੈਡਰ ਦੇ ਵਿੱਚ ਪੱਥਰੀ ਪੈਦਾ ਹੋ ਜਾਂਦੀ ਹੈ, ਜੋ ਕਿ ਕਈ ਤਰ੍ਹਾਂ ਦੀ ਬਿਮਾਰੀਆਂ ਦੀ ਵਜ੍ਹਾ ਬਣਦੀ ਹੈ। ਇਸ ਲਈ ਗਲ ਬਲੈਡਰ ਦੇ ਮਰੀਜ਼ਾਂ ਨੂੰ ਕਾਜੂ ਦਾ ਸੇਵਨ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ। ਦੋਸਤੋ ਕਾਜੂ ਦੇ ਜ਼ਿਆਦਾ ਸੇਵਨ ਕਰਨ ਦੇ ਨਾਲ ਆਪਾਂ ਨੂੰ ਐਲਰਜੀ ਵੀ ਹੋ ਸਕਦੀ ਹੈ। ਜੇ ਇਸ ਨੂੰ ਜ਼ਿਆਦਾ ਖਾਣ ਦੇ ਨਾਲ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ, ਖੁਰਕ ਹੋਣੀ, ਉਲਟੀ ਆਉਣੀ, ਦਸਤ ਆਉਣੇ ਜਾਂ ਫਿਰ ਸਕਿਨ ਦੇ ਉੱਤੇ ਕੋਈ ਐਲਰਜੀ ਹੋਣੀ, ਇਹੋ ਜਿਹੇ ਦੇ ਵਿੱਚ ਤੁਰੰਤ ਤੁਸੀਂ ਆਪਦੇ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰੋ। ਅਤੇ ਦੋਸਤੋ ਕਾਜੂ ਦੇ ਵਿੱਚ ਵਿਟਾਮਿਨਸ ਅਤੇ ਮਿਨਰਲਸ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ, ਅਤੇ ਇਹ ਪ੍ਰੈਗਨੈਂਟਸ ਔਰਤਾਂ ਦੇ ਲਈ ਕਾਫ਼ੀ ਅੱਛਾ ਖਾਣਾ ਮੰਨਿਆ ਜਾਂਦਾ ਹੈ। ਲੇਕਿਨ ਜੇ ਤੁਹਾਨੂੰ ਇਸ ਦੇ ਖਾਣ ਦੇ ਨਾਲ ਐਲਰਜੀ ਦੀ ਸਮੱਸਿਆ ਆਉਂਦੀ ਹੈ ਤਾਂ ਪ੍ਰੈਗਨੈਂਸੀ ਜਾਂ ਪੀਰੀਅਡ ਦੇ ਵਿੱਚ ਆਪਣੇ ਆਪ ਨੂੰ ਅਤੇ ਆਪਣੇ ਬੱਚੇ ਨੂੰ ਐਲਰਜੀ ਤੋਂ ਬਚਾਉਣ ਲਈ ਇਸ ਨੂੰ ਨਹੀਂ ਖਾਣਾ ਹੀ ਇੱਕ ਅੱਛਾ ਵਿਕਲਪ ਹੈ। ਤਾਂ ਦੋਸਤੋ ਉਂਝ ਤਾਂ 2 ਤੋਂ 3 ਕਾਜੂ ਖਾਣ ਦੇ ਨਾਲ ਡਾਇਬਟੀਜ਼ ਵਿੱਚ ਫਾਇਦਾ ਮਿਲਦਾ ਹੈ, ਲੇਕਿਨ ਜ਼ਿਆਦਾ ਕਾਜੂ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੱਧ ਜਾਂਦਾ ਹੈ, ਅਤੇ ਡਾਇਬਟੀਜ਼ ਮਰੀਜ਼ ਜੇ ਇਹਨੂੰ ਰੈਗੂਲਰ ਖਾਂਦੇ ਹਨ ਤਾਂ ਉਹਨਾਂ ਨੂੰ ਆਪਣਾ ਸ਼ੂਗਰ ਲੈਵਲ ਰੈਗੂਲਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਸੀਂ ਜਾਣਿਆ ਕਾਜੂ ਖਾਣ ਦੇ ਫਾਇਦੇ ਅਤੇ ਇਸ ਦੇ ਨੁਕਸਾਨ ਦੇ ਬਾਰੇ ਦੇ ਵਿੱਚ। ਕਾਜੂ ਨੂੰ ਜ਼ਰੂਰ ਖਾਣਾ ਚਾਹੀਦਾ ਹੈ, 2 ਤੋਂ 3 ਕਾਜੂ ਦਿਨ ਵਿੱਚ ਖਾਣ ਦੇ ਨਾਲ ਤੁਹਾਡੀ ਸਿਹਤ ਨੂੰ ਫਾਇਦਾ ਮਿਲਦਾ ਹੈ, ਲੇਕਿਨ ਇਸ ਦਾ ਜ਼ਿਆਦਾ ਇਸਤੇਮਾਲ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ, ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।